ਇੱਕ ਨੰਬਰ ਦੇ ਵਿੱਚ ਜੀ, ਇਹ ਵੀ 8 ਮਾਡਲ, 2008 ਮਾਡਲ, 80% ਟਾਇਰ ਪਏ ਨੇ ਟਰੈਕਟਰ ਦੇ, ਅਤੇ ਕਿੰਨੇ ਦਾ ਬਣੂਗਾ ਜੀ? 285 285,000 ਰੁਪਏ ਡਿਮਾਂਡ ਆ, ਬਾਕੀ ਡਿਮਾਂਡ ਟਾਣ ਹੋ ਜਾਊਗਾ। ਆਹ ਤੁਸੀਂ 60 ਦੇਖੋ ਵੀ ਕਿੰਨਾ ਸੋਹਣਾ ਖੜਿਆ ਇਹ, ਬਿਲਕੁਲ ਨਵੇਂ ਵਰਗਾ ਪਿਆ, ਸਿਕੰਦਰ ਸਿਰੀ ਜਿਹਦਾ ਸਾਤਰੀ ਲੱਗੀ ਹੋਈ ਹੈ, ਟਾਇਰ ਹੈਗੇ ਨੇ ਟਰੈਕਟਰ ਦੇ ਲਗਭਗ 90%। ਅਤੇ ਵੀਰ ਜੀ ਕਿੰਨਾ ਮਾਡਲ ਆ ਜੀ? 19 2019 ਮਾਡਲ, 3 ਸਪੀਡ ਆ ਜੀ, 3 ਸਪੀਡ ਆ, ਚੇਂਜਰ ਗੇਅਰ ਦੇ ਵਿੱਚ ਆ। ਜੇ ਸੁਪਰ ਸੀਟ ਤੇ ਲਾਉਣਾ ਹੈ, ਜਿਵੇਂ ਮਰਜ਼ੀ 8 ਫੁੱਟਾ ਸੁਪਰ ਸੀਟ ਪਾ ਲਿਓ, ਪਰਵਾਹ ਨਹੀਂ ਮੰਨਦਾ ਹੈਗਾ ਟਰੈਕਟਰ। ਅਗਲਾ ਟਰੈਕਟਰ ਤੁਸੀਂ ਦੇਖ ਸਕਦੇ ਹੋ, ਤੁਹਾਡੇ ਵਾਸਤੇ ਸਰੇ ਹੀ ਲੈ ਕੇ ਆਏ ਹਾਂ। ਟਰੈਕਟਰ ਦੇਖੋ ਬੜਾ ਕਿੰਨਾ ਸੋਹਣਾ ਹੈ, ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ, ਇਹ ਵਧੀਆ ਘੈਂਟ ਬੰਦੇ ਦਾ ਰੱਖਿਆ ਵਾ, ਇਹ ਬੜੇ ਟਾਇਰ ਪਾਏ ਹੋਣੇ ਮੁੱਢਲੇ, ਕਿਹੜੇ ਨੇ ਗੱਦੀ ਵੀ 1,000 ਫੁੱਟ ਵਾਲੇ, ਇਹ 1,000 ਫੁੱਟ ਵਾਲੇ ਟਾਇਰ ਨੇ, ਬਿਲਕੁਲ ਬ੍ਰਾਂਡ ਨਿਊ। ਪਿਛਲੇ ਟਾਇਰ ਹੈਗੇ ਨੇ ਉਹ ਵੀ ਬ੍ਰਾਂਡ ਨਿਊ ਦੇ ਵਿੱਚ ਨੇ, 600 ਘੰਟੇ ਚੱਲੇ, 600 ਘੰਟੇ ਚੱਲਿਆ ਹੋਇਆ ਜੀ, ਸਾਦਰੀ ਲੱਗੀ ਹੋਈ ਹੈ, ਘੋੜਾ ਵੈਂਪਰ ਲੱਗਿਆ ਹੋਇਆ ਜੀ। 2013 ਮਾਡਲ ਆ, ਅਰਜਨ 605 58 ਪਾਵਰ ਦਾ ਹੁੰਦਾ, ਜੇ ਸੁਪਰ ਸੀਟਰ 'ਤੇ ਲਾਉਣਾ ਹੋਵੇ, ਇਹਦੇ ਗੇਅਰ ਵੀ ਲੱਗ ਜਾਂਦਾ ਜੀ, ਅਤੇ ਕਿਸੇ ਮੇਰੇ ਭਰਾ ਨੇ ਲਵਾਉਣਾ ਹੋਵੇ, ਟਾਇਰ ਹੈਗੇ ਨੇ ਜੀ ਲਗਭਗ 70%। ਆਹ ਆ ਗਿਆ ਜੀ ਮੈਸੀ 241 ਫਰੈਂਕਸਨ, ਇਹ ਕਿੰਨੇ ਮਾਡਲ ਆ ਜੀ? ਇਹ 13 ਜੀ, 2013 ਮਾਡਲ ਮੈਸੀ ਫਰੈਂਕਸਨ, ਟਾਇਰ ਤੁਸੀਂ ਚੈੱਕ ਕਰ ਲਓ, ਲਗਭਗ 90% ਟਾਇਰ ਪਏ ਨੇ, ਅਤੇ ਕਿੰਨੇ ਦਾ ਬਣ ਜੂਗਾ ਜੀ ਇਹ? 360 ਦਾ ਜੀ, 360 ਦਾ, ਠੀਕ ਆ ਠੀਕ ਆ ਜੀ। ਆਗਰਾ ਜੀ ਫਾਰਮ ਟਰੈਕ 60, ਅਤੇ ਇੱਕ ਨੰਬਰ ਲਈ ਇਹ 8 ਜੀ, 2008 ਮਾਡਲ, ਟਾਇਰ ਚੈੱਕ ਕਰ ਲਓ, 60-70% ਟਾਇਰ ਪਏ ਨੇ, ਅਤੇ ਕਿਹੜੀ ਡਿਮਾਂਡ ਕਰਦੀ ਟਰੈਕਟਰ ਦੀ? 3 ਮੰਗਦੇ ਜੀ, 3 ਲੱਖ ਰੁਪਇਆ ਟਰੈਕਟਰ ਦੀ ਡਿਮਾਂਡ ਆ ਜੀ। ਇਹ ਟਰੈਕਟਰ ਜੀ ਸਾਰੇ ਜਿਹੜੇ ਦਿਖਾਏ ਨੇ ਆਪਣੇ 50 ਨੰਬਰ ਨੇ? ਹਾਂਜੀ 50 ਨੰਬਰ, ਠੀਕ ਆ ਠੀਕ ਆ ਜੀ। ਅਤੇ ਅੰਦਰ ਹੋਰ ਵੀ ਟਰੈਕਟਰ ਖੜੇ ਨੇ? ਹਾਂਜੀ ਹਾਂਜੀ, ਅਤੇ ਆ ਜਾਓ ਆਪਾਂ ਤੁਹਾਨੂੰ ਅੰਦਰ ਹੋਰ ਵੀ ਲੈ ਕੇ ਚੱਲਦੇ ਹਾਂ। ਇੱਕ ਵੀਰ ਜੀ ਐਵੇਂ ਦੱਸ ਦਿਓ ਜੀ, ਜੇ ਟਰੈਕਟਰ ਦਾ ਆਪਣਾ ਲੋਨ ਲੂਨ ਕਰਾਉਣਾ ਹੋਵੇ ਕਿਸੇ ਬੰਦੇ ਨੇ ਕਰਵਾ ਦੇਣੀ ਜੀ? ਉਹ ਕਰਵਾ ਦਿੰਦੇ। ਉਹ ਕਿੰਨੇ ਮਰਦ ਤੋਂ ਤੱਕ ਕਰਵਾ ਲਈ ਆਪਾਂ ਜੀ? ਉਹ 14-15 ਤੋਂ ਹੀ ਹੁੰਦਾ ਜੀ ਸ਼ੁਰੂ। ਠੀਕ ਆ ਠੀਕ ਆ ਜੀ, 15 ਮਰਦ ਤੋਂ ਜਿਹੜੀ ਲੋਨ ਕਰਵਾ ਦਿੰਦੇ। ਹਾਂ ਜੀ ਹਾਂ ਜੀ, 10 ਵਾਲਾ ਪਾਸਿੰਗ ਖਤਮ ਹੋ ਜਾਂਦੀ ਉਹਦੀ ਲੋਨ ਦੱਸਦੀ। ਸਹੀ ਗੱਲ ਆ ਜੀ। ਤੇ ਅੱਜ ਤੁਸੀਂ ਇੱਧਰ ਦੇਖ ਸਕਦੇ ਹੋ, ਇਹ ਖੜੇ ਆ ਜੀ ਅਰਜਨ 605, ਪਹਿਲਾ ਮਾਡਲ ਵੀ ਟਰੈਕਟਰ ਜੀ? ਇਹ 13 ਮਾਡਲ ਆ ਜੀ, 2013 ਮਾਡਲ ਆ ਅਰਜਨ 605, 58 ਪਾਵਰ ਦਾ ਹੁੰਦਾ, ਜੇ ਸੁਪਰ ਸੀਟਰ 'ਤੇ ਲਾਉਣਾ ਹੋਵੇ, ਇਹਦੇ ਗੇਅਰ ਵੀ ਲੱਗ ਜਾਂਦਾ ਜੀ, ਜੇ ਕਿਸੇ ਮੇਰੇ ਭਰਾ ਨੇ ਲਵਾਉਣਾ ਹੋਵੇ, ਟਾਇਰ ਹੈਗੇ ਨੇ ਜੀ ਲਗਭਗ 70%। ਕਿੰਨੇ ਦਾ ਬਣੂਗਾ ਜੀ ਟਰੈਕਟਰ ਜੀ? ਇਹ ਟਰੈਕਟਰ 4.25 ਮੰਗਦੇ ਆ ਜੀ, ਬਾਕੀ ਗੱਲ ਹੋ ਜੂਗੀ। 4.25 ਮੰਗਦੇ ਨੇ ਬਾਕੀ? ਮੈਟ ਗੇਅਰ ਲੱਗਿਆ ਵਾ ਉੱਪਰ। ਠੀਕ ਆ ਜੀ, ਉਹ ਮੈਟ ਗੇਅਰ ਦਾ ਕੀ ਸਿਸਟਮ ਹੁੰਦਾ ਜੀ? ਉਹ ਗੇਅਰ ਸਾਰਿਆਂ 'ਚ ਅੱਗੇ ਪਿੱਛੇ ਹੋ ਜਾਂਦਾ ਜੀ। ਠੀਕ ਆ ਠੀਕ ਆ, ਉਹ ਗੇਅਰ ਬਦਲਣ ਦੀ ਲੋੜ ਨਹੀਂ ਪਿੱਛੋਂ, ਮਤਲਬ ਵੀ ਉਹ ਸੱਤ ਗੇਅਰ ਗੇਅਰ, ਹਾਂ ਚੇਂਜ। ਠੀਕ ਆ ਠੀਕ ਆ ਜੀ, ਉਹ ਲੱਗਿਆ ਹੋਇਆ ਜੀ। ਅਤੇ ਅਗਲਾ ਗਾ ਜੀ ਇੱਕ ਵਾਰ ਫਿਰ ਤੋਂ 69-11, 69-11 ਕਾਫੀ ਘੈਂਟ ਦੋ ਖੜੇ ਨੇ ਬਾਈ ਜੀ ਕੋਲ, ਇਹ ਪ੍ਰੈਸ਼ਰ ਵਾਲਾ ਤੇ ਸਿੰਪਲ? ਸਿੰਪਲ ਆ, ਇਹ ਸਿੰਪਲ ਵਾਲਾ ਜੀ, 95 ਮਾਡਲ ਆ ਜੀ, 1995 ਮਾਡਲ ਆ, ਤੁਸੀਂ ਦੇਖ ਸਕਦੇ ਹੋ ਟਾਇਰ ਪਏ ਨੇ ਲਗਭਗ ਅੱਧੇ। ਅਤੇ ਕਿੰਨਾ ਮਾਡਲ ਦੱਸਿਆ ਜੀ ਆਪਣੇ? ਇਹ 95 95 ਮਾਡਲ, ਡਿਮਾਂਡ ਕਿੰਨੀ ਇਹਦੀ? 1,85, 1,85,000 ਰੁਪਏ ਡਿਮਾਂਡ ਆ, ਬਾਕੀ ਕਰ ਦੇਣਗੇ ਬਾਈ ਜੀ ਮਾਨ ਤਾਣ। ਅਤੇ ਅਗਲਾ ਆ ਗਿਆ ਜੀ ਸਵਰਾਜ 855 4x4, ਜਿਹੜੇ ਮੇਰੇ ਭਰਾ 4x4 ਦੇ ਵਿੱਚ 855 ਭਾਲ ਰਹੇ ਨੇ, ਉਰੇ ਖੜਾ ਬਾਈ ਉਹਨਾਂ ਕੋਲ, ਇਹ ਵੀਰ ਜੀ ਮਾਡਲ ਕਿੰਨਾ ਜੀ? 21 ਜੀ, 2021 ਮਾਡਲ, ਮਾਈਕੋ ਪੰਪ, ਮਾਈਕੋ ਪੰਪ ਵਾਲਾ, ਠੀਕ ਆ ਠੀਕ ਆ ਜੀ। ਅਤੇ ਡਿਮਾਂਡ ਕਿੰਨੀ ਕਰਦੇ ਜੀ ਆਪਾਂ? 740 ਜੀ, 740 ਜੀ, ਹੁੱਡ ਹੱਡ ਲੱਗੀ ਹੋਈ ਆ, ਤੁਸੀਂ ਦੇਖ ਸਕਦੇ ਹੋ। ਨੰਬਰ ਕਿੱਥੋਂ ਦਾ ਜੀ ਇਹ? ਇਹ ਨੰਬਰ ਮੋਹਾਲੀ ਦਾ, ਮੋਹਾਲੀ ਦਾ ਨੰਬਰ ਆ ਜੀ, PV65, ਠੀਕ ਆ ਠੀਕ ਆ ਜੀ। ਅਤੇ ਅਗਲਾ ਆ ਗਿਆ ਜੀ ਇੱਕ ਵਾਰ ਫਿਰ ਤੋਂ ਸਵਰਾਜ 855, ਕਰ ਸਕਦੇ ਹੋ ਚੈੱਕ,
ਬਾਈ ਉਹਨਾਂ ਕੋਲ ਟਰੈਕਟਰਾਂ ਦਾ ਜਿਹੜਾ ਕਲੈਕਸ਼ਨ ਆ ਕਾਫੀ ਤਕੜਾ ਏ, ਕੰਮ ਚੱਲੀ ਜਾਂਦਾ, ਇਸ ਲਈ ਆਪਾਂ ਆਹ ਵੀਡੀਓ 'ਚ ਸਾਰੇ ਕਵਰ ਨਹੀਂ ਕਰ ਸਕਦੇ, ਉਹ ਆਪਾਂ ਕੋਈ ਕਿਸੇ ਨੈਕਸਟ ਵੀਡੀਓ ਵਿੱਚ ਲੈ ਕੇ ਆਵਾਂਗੇ। ਅਤੇ ਇੱਕ ਨੇ ਮਾਡਲ ਆਈ 12 ਜੀ 2012 ਮਾਡਲ ਆ, 3 ਸਟਾਰ ਆ ਜੀ ਬਿਨਾਂ ਪਾਵਰ ਤੋਂ। ਠੀਕ ਹੈ ਜੀ, 3 ਸਟਾਰ ਬਿਨਾਂ ਪਾਵਰ ਤੋਂ, ਟਾਇਰਾਂ ਦੀ ਕੰਡੀਸ਼ਨ ਕਰ ਲਓ ਚੈੱਕ, 70% ਟਾਇਰ ਨੇ ਟਰੈਕਟਰ ਦੇ। ਅਤੇ ਬਣੂਗਾ ਕਿੰਨੇ ਦਾ ਜੀ? 360 ਮੰਗਦੇ ਜੀ। 360 ਮੰਗਦੇ ਆ, ਬਾਕੀ ਮਾਨਣ ਕਰ ਦੇਣਾ। ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ। ਅਗਲਾ ਗਾ ਜੀ ਫਾਰਮ ਟਰੈਕ 60, ਇੱਕ ਨੇ ਮਾਡਲ ਦੇ ਵਿੱਚ ਜੀ, ਇਹ ਵੀ 8 ਮਾਡਲ, 2008 ਮਾਡਲ, 80% ਟਾਇਰ ਪਏ ਨੇ ਟਰੈਕਟਰ ਦੇ। ਅਤੇ ਕਿੰਨੇ ਦਾ ਬਣੂਗਾ ਜੀ? 285 285 ਹਜ਼ਾਰ ਰੁਪਏ ਡਿਮਾਂਡ ਆ, ਬਾਕੀ ਮਾਨ ਟਾਣਾ ਹੋ ਜਾਊਗਾ। ਅਗਲਾ ਗਿਆ ਜੀ ਮਹਿੰਦਰਾ ਸਰਪੰਚ, ਇਹ ਟਰੈਕਟਰ ਕਾਫੀ ਮਾਰਕੀਟ ਦੇ ਵਿੱਚ ਰਹਿੰਦਾ ਜੀ। ਅਤੇ ਕਿੰਨਾ ਮਾਡਲ ਆ ਜੀ? 15 ਜੀ 2015 ਮਾਡਲ, ਇਹ ਟੋਪ ਮਾਡਲ ਵਿੱਚ ਹੈ ਨਾ ਜੀ? ਹਾਂਜੀ ਟੋਪ ਮਾਡਲ, ਪਾਵਰ ਸਟੇਅਰਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਤੇਲ ਬ੍ਰੇਕਾਂ, ਤੇਲ ਬ੍ਰੇਕਾਂ ਨੇ, ਲਗਭਗ 60% ਪਿਛਲੇ ਟਾਇਰ ਮੁੱਢੇ ਟਾਇਰ ਹੈਗੇ ਜੀ ਨਵੇਂ। ਅਤੇ ਡਿਮਾਂਡ ਕਿੰਨੀ ਜਿਹੜੀ? ਕਦੀ 4-15 4,15,000 ਰੁਪਏ ਟਰੈਕਟਰ ਦੀ ਡਿਮਾਂਡ ਆ, 7 ਰਿਸਪੀ ਲੱਗੀ ਹੋਈ, ਤੁਸੀਂ ਦੇਖ ਸਕਦੇ ਹੋ। ਅਤੇ ਅੱਜ ਤੁਹਾਨੂੰ ਇੱਧਰ ਹੋਰ ਖੜ੍ਹੇ ਨੇ ਟਰੈਕਟਰ, ਉਹ ਵੀ ਦਿਖਾ ਦਿੰਦੇ ਆਪਾਂ। ਅਗਲਾ ਗਿਆ ਜੀ ਸੋਨਾਲੀਕਾ 60, ਆ ਤੁਸੀਂ 60 ਦੇਖੋ ਵੀ ਕਿੰਨਾ ਸੋਹਣਾ ਖੜਿਆ ਏ, ਬਿਲਕੁਲ ਨਵੇਂ ਵਰਗਾ ਪਿਆ, ਸਿਕੰਦਰ ਸਿਰੀ ਜਿਹਦਾ 7 ਦੀ ਲੱਗੀ ਹੋਈ ਹੈ, ਟਾਇਰ ਹੈਗੇ ਨੇ ਟਰੈਕਟਰ ਦੇ ਲਗਭਗ 90%। ਅਤੇ ਵੀਰ ਜੀ ਕਿੰਨਾ ਮਾਡਲ ਆ ਜੀ? 19 ਜੀ 2019 ਮਾਡਲ, 3 ਸਪੀਡ ਆ ਜੀ, 3 ਸਪੀਡ ਆ, ਚੇਂਜਰ ਗੇਅਰ ਦੇ ਵਿੱਚ ਆ, ਜੇ ਸੁਪਰ ਸੀਟ ਤੇ ਲਾਉਣਾ ਏ ਜਿਵੇਂ ਮਰਜ਼ੀ 8 ਫੁੱਟ ਸੁਪਰ ਸੀਟ ਪਾ ਲਿਓ, ਪਰਵਾਹ ਨਹੀਂ ਮੰਨਦਾ ਹੈਗਾ ਟਰੈਕਟਰ। ਡਿਮਾਂਡ ਕਿੰਨੀ ਹੈ ਜੀ? 85 5,80,000 ਰੁਪਏ ਟਰੈਕਟਰ ਮਿਲ ਰਿਹਾ ਵੀ ਬਾਈ ਉਹਨਾਂ ਕੋਲ, ਦੇਖ ਸਕਦੇ ਹੋ ਪਾਵਰ ਸਟੇਅਰਿੰਗ, 3 ਸਪੀਡ, ਚੇਂਜਰ ਗੇਅਰ ਵਾਲਾ। ਅਤੇ ਅਗਲਾ ਗਈ ਜੀ 955 ਪ੍ਰੀਤ, ਇਹ ਟਰੈਕਟਰ ਜੀ ਸਕਰੀਨ ਬੰਦੇ ਦਾ ਕਿਰਾਇਆ ਵਾ ਲੱਗਦਾ ਜੀ। ਹਾਂਜੀ, ਕਿਉਂਕਿ ਮੁੱਢੇ ਟਾਇਰ ਹੈਗੇ ਨੇ 7,000-16 ਦੇ ਨਵੇਂ, ਅਤੇ ਪਿਛਲੇ ਟਾਇਰ ਵੀ ਲਗਭਗ 60% ਪਏ ਨੇ। ਕਿੰਨਾ ਮਾਡਲ ਦੱਸਿਆ ਜੀ? ਇਹ 20 ਹੈ ਜੀ, 3 ਸਪੀਡ, 2020 ਮਾਡਲ, 3 ਸਪੀਡ ਦੇ ਵਿੱਚ। ਬਣੂਗਾ ਕਿੰਨੇ ਦਾ ਜੀ? 3.5 ਮੰਗਦੇ ਹਾਂ ਜੀ, 3.5 ਮੰਗਦੇ ਹਾਂ, ਬਾਕੀ ਚਲੋ ਮਾਨ ਤਾਨ ਕਰ ਦੇਣਗੇ। ਅਗਲਾ ਟਰੈਕਟਰ ਤੁਸੀਂ ਦੇਖ ਸਕਦੇ ਹੋ, ਤੁਹਾਡੇ ਵਾਸਤੇ ਸਰਾਈ ਲੈ ਕੇ ਆਏ ਹਾਂ, ਟਰੈਕਟਰ ਦੇਖੋ ਬੜਾ ਕਿੰਨਾ ਸੋਹਣਾ ਏ, ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ, ਇਹ ਵਧੀਆ ਘੈਂਟ ਬੰਦੇ ਦਾ ਰੱਖਿਆ ਵਾ, ਇਹ ਬੜੇ ਟਾਇਰ ਪਾਏ ਹੋਏ ਨੇ ਮੁੱਢਲੇ, ਕਿਹੜੇ ਨੇ ਗੱਦੀ 1,000-16 ਵਾਲੇ, ਇਹ 1,000-16 ਵਾਲੇ ਟਾਇਰ ਨੇ, ਬਿਲਕੁਲ ਬ੍ਰਾਂਡ ਨਿਊ, ਪਿਛਲੇ ਟਾਇਰ ਹੈਗੇ ਨੇ ਉਹ ਵੀ ਨਾ ਬ੍ਰਾਂਡ ਨਿਊ ਦੇ ਵਿੱਚ ਨੇ, 600 ਘੰਟੇ ਚੱਲੇ, 600 ਘੰਟੇ ਚੱਲਿਆ ਹੋਇਆ ਜੀ, 7 ਲੱਗੀ ਹੋਈ ਹੈ, ਘੋੜਾ ਵੈਂਪਰ ਲੱਗਿਆ ਹੋਇਆ ਜੀ। ਅਤੇ ਡਿਮਾਂਡ ਕਿੰਨੀ ਕਰਦੀ ਜੀ ਭਾਈ? ਇਹ ਮਾਡਲ 22 ਆ ਜੀ, 2022 ਮਾਡਲ, ਡਿਮਾਂਡ ਕਿੰਨੀ ਹੈ ਜੀ? ਡਿਮਾਂਡ ਇਹਦੀ ਹੈਗੀ ਜੀ 8.25 8.25 ਡਿਮਾਂਡ ਆ, ਕਿਉਂਕਿ ਟਰੈਕਟਰ ਬਿਲਕੁਲ ਨਵਾਂ ਹੀ ਪਿਆ ਏ, ਤੁਸੀਂ ਦੇਖ ਸਕਦੇ ਹੋ, ਇਹ ਹਾਰ ਪਾ ਕੇ ਲੈ ਜਾਓ, ਇਹ ਨਹੀਂ ਕੋਈ ਕਹਿ ਸਕਦਾ ਵੀ ਟਰੈਕਟਰ ਚੱਲਿਆ ਵਾ। ਅਤੇ ਅਗਲਾ ਗਿਆ ਜੀ ਕਬੋਟਾ 5501, ਇਹ 16 ਮਾਡਲ ਆ ਜੀ, 2016 ਮਾਡਲ ਜੀ, ਠੀਕ ਆ ਠੀਕ ਆ ਜੀ। ਟਾਇਰਾਂ ਦੀ ਕੰਡੀਸ਼ਨ ਕਰ ਲਓ ਚੈੱਕ, ਲਗਭਗ 60% ਟਾਇਰ ਟਰੈਕਟਰ ਦੇ ਖੜ੍ਹੇ ਨੇ। ਅਤੇ ਨੰਬਰ ਇਹ ਪੰਜਾਬ ਬਾਈ? ਹਾਂਜੀ ਪੰਜਾਬ ਨੰਬਰ, ਪਟਿਆਲਾ ਨੰਬਰ, ਪਟਿਆਲਾ ਨੰਬਰ ਆ, ਇਹਦੀ ਡਿਮਾਂਡ ਕਿੰਨੀ ਹੈ ਜੀ? ਇਹਦੀ 4,70 ਜੀ, 4,70 ਜੀ, ਹਾਂਜੀ 4,70, 4,70,000 ਰੁਪਏ, ਠੀਕ ਆ ਠੀਕ ਆ ਜੀ। ਆਹੀ ਟਰੈਕਟਰ ਨੇ ਆਪਾਂ ਨੇ ਦਿਖਾਉਣੇ ਨੇ ਜੀ ਅੱਜ? ਹਾਂ ਦੇਖ ਲਓ ਜੀ, ਮਗਰਲੇ ਦੇਖਣ ਆਉਣਾ ਵੀ ਦੱਸ ਦਿੰਦਾ, ਉਹ ਛੋਟੇ ਨੇ ਵਿੱਚ, ਠੀਕ ਹੈ ਚਲੋ ਆ ਜਾਓ ਵੀਰ, ਉਹਨਾਂ ਦੇ ਵਿੱਚ ਆਪਾਂ ਪਿਛਲੇ ਵੀ ਟਰੈਕਟਰ ਦਿਖਾਏ ਦਿੰਦੇ ਹਾਂ, ਕਿਉਂਕਿ ਉਹ ਟਰੈਕਟਰ ਜਿਹੜੇ ਹੈਗੇ ਨੇ ਥੋੜ੍ਹੇ ਜਿਹੇ ਜਿਹੜੇ ਘੱਟ ਬਜਟ ਵਾਲੇ ਵੀਰ ਹੁੰਦੇ ਨੇ, ਹਾਂ ਬਸ ਉਹਨਾਂ ਵਾਸਤੇ ਟਰੈਕਟਰ ਹੈਗੇ ਨੇ। ਚਲੋ ਇਸ ਲਈ ਆਪਾਂ ਕਿਹਾ ਵੀ ਚਲੋ ਉਹਨਾਂ ਨੂੰ ਵੀ ਕਰੇ ਦਿੰਦੇ ਹਾਂ ਕਵਰ। ਹੁਣ ਬੰਦਾ ਟਰੈਕਟਰ ਭਾਲ ਰਿਹਾ, ਅੱਗੇ ਕੰਮ ਚੱਲ ਪੈਣਾ ਜੀ, ਉਰੇ ਆ ਕੇ ਤੁਹਾਡੀ ਹਰ ਤਰ੍ਹਾਂ ਦੀ ਜਿਹੜੀ ਟਰੈਕਟਰ ਦੀ ਭਾਲ ਆ ਉਹ ਖਤਮ ਹੋ ਜਾਊਗੀ, ਕਿਉਂਕਿ ਉਰੇ ਆ ਕੇ ਤੁਹਾਨੂੰ ਟਰੈਕਟਰ ਮਿਲੇ ਜਾਣਾ ਹੈ, ਇਹ ਨਹੀਂ ਹੈਗਾ ਵੀ ਖਾਲੀ ਹੱਥ ਜਾਏਂਗੇ ਉਹ। ਆਹ ਤੁਸੀਂ ਦੇਖ ਸਕਦੇ ਹੋ ਫੌੜ ਖੜਿਆ 3,700,
ਇਹ ਸਾਰਾ ਰੀਜਨਲ ਆ ਜੀ? ਇਹ ਰੀਜਨਲ ਆ ਜੀ ਸਰ, ਹਮਾਰਾ ਆਰਡਰ ਨਾਲ ਦੀ ਨੇ। ਸੋ ਬਿਲਕੁਲ ਲਾਈਨ ਓਕੇ ਕੰਡੀਸ਼ਨ ਦੇ ਵਿੱਚ ਆ, ਹਾਲਾਂਕਿ ਰੰਗ ਰੁੰਗ ਦਾ ਤੁਹਾਨੂੰ ਪਤਾ ਵੀ ਇੰਨੇ ਟਾਈਮ ਦੇ ਵਿੱਚ ਫਸੇ ਜਾਂਦਾ, ਕਿਉਂਕਿ ਮਰਦ ਕਿੰਨਾ ਜੀ ਇਹ? ਇਹ 85 ਮਾਡਲ ਹੈ ਜੀ। 85 ਮਾਡਲ ਹੈ, ਕਿਉਂਕਿ ਇੰਨੇ ਚਿਰ ਦੇ ਵਿੱਚ ਤਾਂ ਬੰਦਾ ਘੱਸ ਜਾਂਦਾ ਜੀ, ਇਹਦਾ ਫਿਰ ਚਲੋ ਲੋਹਾ ਜੀ। ਅਤੇ ਡਿਮਾਂਡ ਕਿੰਨੀ ਇਹਦੀ? ਇਹ 95,000 ਜੀ। 95,000 ਰੁਪਇਆ ਡਿਮਾਂਡ ਆ, ਟਾਇਰ ਹੈਗੇ ਨੇ ਲਗਭਗ ਅੱਧੇ, ਅਤੇ ਆਲਾ ਜੀ 750। ਇਹ 2002 ਮਾਡਲ ਹੈ। 2002 ਮਾਡਲ, ਪਿਛਲੇ ਟਾਇਰ ਹੈਗੇ ਨੇ 70%, ਹਾਲਾਂਕਿ ਮੁੱਢਲੇ ਟਾਇਰ ਚਲੋ ਪੈਣ ਵਾਲੇ ਨੇ। ਵੈਸੇ ਤਾਂ ਪਾਲਾ ਟਾਇਰ ਤਾਂ ਠੀਕ ਆ, ਇੱਕ ਟਾਇਰ ਥੋੜ੍ਹਾ ਚੇਂਜ ਹੋਣਾ, ਇਹਦਾ ਕੋਈ ਲੈਂਡ ਆਊਟ ਦੇ ਵਿੱਚ ਲਾ ਆਉਂਦਾ ਜੀ ਬੰਦਾ। ਅਤੇ ਡਿਮਾਂਡ ਕਿੰਨੀ ਇਹਦੀ? ਇਹਦੀ 2 ਲੱਖ ਜੀ। 2 ਲੱਖ ਰੁਪਇਆ ਡਿਮਾਂਡ ਆ। ਅਤੇ ਆ ਲਾ ਗਿਆ ਜੀ ਪ੍ਰੀਤ, ਇਹ 4549 ਜੀ। ਇਹ ਹੈਗਾ ਜੀ 4549, ਥੋੜ੍ਹੀ HP ਦੇ ਵਿੱਚ, 20 ਮਾਡਲ ਹੈ ਜੀ, 2020 ਮਾਡਲ ਜੀ। ਹਾਂਜੀ। ਅਤੇ ਡਿਮਾਂਡ ਕਿੰਨੀ ਜੀ? 340 ਜੀ। 340 ਡਿਮਾਂਡ ਆ। ਪ੍ਰੈਸ਼ਰ ਸਟੇਟਮੈਂਟ ਤੁਸੀਂ ਦੇਖ ਸਕਦੇ ਹੋ। ਤੇਲ ਬਰੇਕਾਂ ਨੇ? ਠੀਕ ਹੈ ਜੀ, ਤੇਲ ਬਰੇਕਾਂ ਨੇ। ਅਤੇ ਆ ਜਾਓ ਆਪਾਂ ਤੁਹਾਨੂੰ ਹੋਰ ਲੈ ਕੇ ਚੱਲਦੇ ਹਾਂ ਗਾਹਾਂ, ਕਿਉਂਕਿ ਕਾਫੀ ਟਰੈਕਟਰ ਗਾਹਾਂ ਵੀ ਖੜ੍ਹੇ ਨੇ। ਅਤੇ ਅਗਲਾ ਆ ਗਿਆ ਜੀ 475 ਜੀ। 475 ਜੀ, 2001 ਮਾਡਲ। 2001 ਮਾਡਲ 475, ਟਾਇਰ ਹੈਗੇ ਨੇ 40%, ਮੁੱਢਲੇ ਹੈਗੇ ਨੇ, ਹਾਲਾਂਕਿ 60% ਟਾਇਰ ਪਏ ਨੇ। ਅਤੇ ਡਿਮਾਂਡ ਕਿੰਨੀ ਹੈ ਜੀ ਇਹਦੀ? ਇਹਦੀ 175 ਜੀ। 175 ਡਿਮਾਂਡ ਆ। ਮੇਰੇ ਵੀ ਸਾਰੇ ਟਰੈਕਟਰ ਬਜਟ ਵਾਲੇ ਨੇ ਜਿਹੜੇ, ਮੇਰੇ ਭਰਾ ਘੱਟ ਬਜਟ ਦੇ ਵੀ ਟਰੈਕਟਰ ਭਾਲਦੇ ਨੇ, ਆਪਾਂ ਨੂੰ ਚੈਨਲ 'ਤੇ ਵੀ ਡਿਮਾਂਡ ਕਰਦੇ ਨੇ ਵੀ ਘੱਟ ਬਜਟ ਦੇ ਵਿੱਚ ਦਿਖਾਓ। ਇਹ ਕਿੰਨਾ ਮਾਡਲ ਆ ਜੀ? ਇਹ 96 ਜੀ। 1996 ਮਾਡਲ, 265 ਡੀ ਆ ਜੀ। ਟਾਇਰ ਹੈਗੇ ਨੇ ਲਗਭਗ ਮੁੱਢਲੇ ਟਾਇਰ 60%, ਪਿਛਲੇ ਟਾਇਰ ਹੈਗੇ ਨੇ 35-40%। ਅਤੇ ਡਿਮਾਂਡ ਕਿੰਨੀ ਜੀ? ਇਹਦੀ 1.25 ਲੱਖ ਜੀ। 1.25 ਲੱਖ ਰੁਪਇਆ ਡਿਮਾਂਡ ਆ ਜੀ। ਅਤੇ ਅਗਲਾ ਜੀ 735। ਇਹ 2002 ਮਾਡਲ ਹੈ ਜੀ। 2002 ਮਾਡਲ, ਅਤੇ ਡਿਮਾਂਡ ਕਿੰਨੀ ਜੀ? 155 ਜੀ। 155 ਡਿਮਾਂਡ ਆ ਜੀ। ਆ ਜਾਓ ਆਪਾਂ ਇੱਧਰ ਜੀ, ਐਵੇਂ ਜਾਣਾ ਪਊ ਜੀ, ਐਵੇਂ ਜਾਣਾ ਪਊ ਜੀ, ਜਗ੍ਹਾ ਕਰਕੇ ਚਲੋ ਆਪਾਂ ਲੱਗ ਜਾਣੀਆਂ ਟਾਈਲਾਂ। ਠੀਕ ਆ, ਠੀਕ ਹੈ ਜੀ, ਇੱਧਰ ਨੂੰ ਆਪਾਂ ਆ ਜਾਂਦੇ ਜੀ। ਛੱਡਦਾ ਤਾਂ। ਅਤੇ ਅਗਲਾ ਗਿਆ ਜੀ ਮੈਸੀ ਜੀ। ਹਾਂ ਜੀ, 2002 ਮਾਡਲ। ਇਹ ਕਿਹੜਾ ਜੀ? ਮੈਸੀ 52-45। ਹਾਂ ਜੀ, 52-45। 2002 ਮਾਡਲ ਹੈ ਜੀ। ਹਾਂ ਜੀ। ਮੁੱਢੇ ਟਾਇਰ ਹੈਗੇ ਨੇ ਜੀ 60%, ਅਤੇ ਪਿਛਲੇ ਟਾਇਰ ਹਾਲਾਂਕਿ ਪੈਣ ਵਾਲੇ ਨੇ। ਇਹਦੀ ਡਿਮਾਂਡ ਕਿੰਨੀ ਹੈ ਜੀ? ਇਹਦੀ 81 ਜੀ। 1,80,000 ਰੁਪਇਆ ਡਿਮਾਂਡ ਆ ਟਰੈਕਟਰ ਦੀ। ਅਤੇ ਇਹ ਆ ਗਿਆ ਜੀ ਸਵਰਾਜ 724। ਇਹ ਜਿਵੇਂ ਮੇਰੇ ਭਰਾ ਕੋਈ ਥੋੜ੍ਹੇ ਕੰਮ ਵਾਲੇ ਹੁੰਦੇ ਨੇ, ਜਿਹਨਾਂ ਨੂੰ ਟੁੱਟ ਜੱਟ ਦਾ ਕੰਮ ਕਰਨਾ ਹੁੰਦਾ, ਉਹਨਾਂ ਵਾਸਤੇ ਬੈਸਟ ਆ ਜੀ। ਹਾਂਜੀ। 88 ਮਾਡਲ ਆ, ਟਾਇਰ ਨਵੇਂ ਵਰਗੀ ਨੇ। ਠੀਕ ਹੈ ਜੀ, 88 ਮਾਡਲ ਟਾਇਰ ਹੈਗੇ ਨੇ ਬਿਲਕੁਲ ਨਵਿਆਂ ਵਰਗੇ। ਅਤੇ ਡਿਮਾਂਡ ਕਿੰਨੀ ਇਹਦੀ? ਇਹਦਾ 1 ਲੱਖ ਜੀ। 1 ਲੱਖ ਰੁਪਇਆ ਡਿਮਾਂਡ ਆ। ਅਤੇ ਅਗਲਾ ਹੈਗਾ ਜੀ ਫੋਰਡ 3600। ਇਹ ਹੈਗਾ ਜੀ ਮਾਡਲ 86। ਮਾਡਲ 86, ਅਤੇ ਡਿਮਾਂਡ ਕਿੰਨੀ ਇਹਦੀ? ਇਹ 90,000 ਦਾ ਜੀ। 90,000 ਦਾ। ਅਤੇ ਅਗਲਾ ਫਾਰਮ ਟੈਕ 60 ਜੀ। ਉਹ ਹੈਗਾ ਜੀ 2000 ਮਾਡਲ, ਉਹਦੇ ਟਾਇਰ ਨਵੇਂ ਨੇ ਬਿਲਕੁਲ। ਚਾਰੇ ਨਵੇਂ ਨੇ, ਚਾਰੇ ਟਾਇਰ ਨਵੇਂ ਨੇ। ਉਹਦੀ ਡਿਮਾਂਡ ਕਿੰਨੀ ਜੀ? ਉਹਦਾ 2-10 ਮੰਗਦੇ ਆ ਜੀ। ਠੀਕ ਆ ਜੀ, 2,10,000 ਰੁਪਇਆ ਡਿਮਾਂਡ ਆ ਟਰੈਕਟਰ ਦੀ। ਹਾਂਜੀ ਵੀਰੋ, ਇਹ ਟਰੈਕਟਰ ਜਿਹੜੇ ਆਪਾਂ ਨੂੰ ਬਾਈ ਜੀ ਨੇ ਦਿਖਾਏ। ਬਾਕੀ ਜੇ ਮੇਰੇ ਭਰਾ ਨੂੰ ਉੱਚਾ ਮਾਡਲ ਚਾਹੀਦਾ ਜਿਵੇਂ 14-15 ਤੋਂ ਉੱਪਰ, ਉਹਦਾ ਲੋਨ ਵੀ ਹੋ ਜੂਗਾ। ਅਤੇ ਵੀਰ ਜੀ, ਸਭ ਤੋਂ ਬੜਾ ਇੱਕ ਵਾਰ ਫਿਰ ਤੋਂ ਆਪਣੀ ਲੋਕੇਸ਼ਨ ਦੱਸ ਦਿਓ ਜੀ, ਵੀ ਕੀ ਲੋਕੇਸ਼ਨ ਹੈ ਜੀ ਜੇ ਬੰਦੇ ਨੇ ਆਉਣਾ ਹੋਵੇ। ਇਹ ਸਰਹੰਦ ਤੋਂ ਭਾਰਸੋ ਰੋਡ 'ਤੇ ਹੈ ਜੀ, ਲੱਖਣ ਵਾਲੇ ਪਾਸੇ 4 ਕਿਲੋਮੀਟਰ। ਠੀਕ ਹੈ ਜੀ। ਭਾਰਸੋ 'ਤੇ ਪੈਂਦਾ 14-15 ਕਿਲੋਮੀਟਰ, ਸੌਂਡਾ ਪਿੰਡ ਨਹਿਰ 'ਤੇ। ਠੀਕ ਹੈ, ਠੀਕ ਹੈ ਜੀ। ਅਤੇ ਆਪਣੇ ਕੰਟੈਕਟ ਨੰਬਰ ਬੋਲ ਦਿੰਦੇ ਜੀ। 98-151-67-061। ਠੀਕ ਹੈ ਜੀ। 98-148-16-161। ਠੀਕ ਹੈ ਜੀ। ਹਾਂਜੀ ਵੀਰੋ, ਇਹ ਸੀ ਬਾਈ ਜੀ ਦੇ ਕੰਟੈਕਟ ਨੰਬਰ ਜਿਹੜੇ ਆਪਾਂ ਨੂੰ ਦਿੱਤੇ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਫੇਸਬੁੱਕ ਪੇਜ 'ਤੇ ਦੇਖ ਲਓ, ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ, ਬਾਕੀ ਆਪਣੇ ਇੰਸਟਾ ਨੂੰ ਫੋਲੋ ਜ਼ਰੂਰ ਕਰ ਲਿਓ, ਉੱਥੇ ਆਪਾਂ ਡੇਟਾਂ ਦੇ ਡੇਟਾ ਰੀਝਾਂ ਲੈ ਕੇ ਆਉਂਦੇ ਰਹਿੰਦੇ ਹਾਂ। ਬਾਕੀ ਵੀਡੀਓ ਕੋਲ ਲਾਈਕ ਸ਼ੇਅਰ ਕਮੈਂਟ, ਧੰਨਵਾਦ।